ਕਿ ਪਿਛਲੇ ਸਾਲ ਸਾਡੇ ਅਮਵਾਤ ਹੋਈਆਂ 350 ਦੇ ਕਰੀਬ, 350 ਦੇ ਕਰੀਬ ਹੋਈਆਂ, ਠੀਕ ਹੋ ਗਿਆ ਜੀ। ਅੱਛਾ, ਲੇਕਿਨ ਅਦਰਵਾਈਜ਼ ਜਿਹੜਾ ਲੋਕ ਇਨਫੈਕਟ ਹੋਏ ਉਹ ਤੇ ਮੈਨੀ ਥਾਊਜ਼ੈਂਡ ਸਨ। ਉਹ ਤੇ ਵੇਖੋ ਨਾ, 21,000 ਤੋਂ ਜ਼ਿਆਦਾ ਕੇਸ ਕਨਫਰਮ ਸਨ, 21,000 ਤੋਂ ਜ਼ਿਆਦਾ। ਇਹ ਤੇ ਉਹਨੇ ਜਿਹੜੇ ਸਾਡੇ ਆਫੀਸ਼ੀਅਲ ਡਾਕੂਮੈਂਟ ਡਾਟਾ ਦੇ ਵਿੱਚ ਰਿਕਾਰਡ 'ਚ ਮੌਜੂਦ ਨੇ। ਅਦਰਵਾਈਜ਼ ਕਿੰਨੇ ਲੋਕਾਂ ਨੂੰ ਹੋਇਆ ਉਹ ਤੇ ਬਹੁਤ ਡੈਫੀਨਿਟਲੀ ਇਸ ਤੋਂ ਜ਼ਿਆਦਾ। ਲੇਕਿਨ ਐਤਕੀ ਤੇ ਵੇਖੋ, ਅੱਲਾਹ ਤਾਲਾ ਦੇ ਫਜ਼ਲ ਓ ਕਰਮ ਨਾਲ, ਤੁਹਾਡੇ ਸਭ ਦੇ ਤਾਵਨ ਨਾਲ, ਮੀਡੀਆ ਨੇ ਜਿਹੜੀ ਅਵੇਅਰਨੈਸ ਪੈਦਾ ਕੀਤੀ ਹੈ, ਤੁਹਾਡੇ ਮਹਿਕਮਾ ਸਿਹਤ ਨੇ, ਪੰਜਾਬ ਹਕੂਮਤ ਨੇ, ਯਾਨੀ ਸਾਰਾ ਜਿਹੜਾ ਚੀਫ ਮਿਨਿਸਟਰ ਦੀ ਸਰਬਰਾਹੀ 'ਚ, ਉਹਦੇ ਨਤੀਜੇ ਦੇ ਤੌਰ 'ਤੇ ਪਿਛਲੇ ਸਾਲ 21,000 ਕੇਸ ਕਨਫਰਮ ਸਨ, ਅੱਜ ਤੇ ਵੇਖੋ ਮਤਲਬ ਮਸਲਾ। ਅੱਛਾ, ਤੁਸੀਂ ਮੈਂ ਪੁੱਛਣਾ ਚਾਹਾਂਗਾ, ਹੋਸਪਿਟਲ ਦੇ ਵਿੱਚ ਪਿਛਲੇ ਸਾਲ ਜਿਹੜੀ CBC ਕਾਊਂਟਿੰਗ ਵਾਸਤੇ ਚੀਜ਼ਾਂ ਦੀ ਵੇਖਿਆ ਗਿਆ, ਔਰ ਫਿਰ ਜਨਰਲੀ ਇਹ ਕਹਿਤਾ ਗਿਆ ਜੀ 80 ਰੁਪਏ ਦੇ ਉੱਤੇ ਜਾਂ 30 ਰੁਪਏ ਕੀਮਤ ਮੁਕਰਰ ਕੀਤੀ ਗਈ ਸੀ, ਕਿਆ ਇਸ ਹਵਾਲੇ ਨਾਲ ਵੀ ਕੋਈ ਤਿਆਰੀਆਂ ਕੀਤੀਆਂ ਨੇ? ਤਿਆਰੀਆਂ ਬਿਲਕੁਲ ਮੁਕੰਮਲ ਨੇ। ਪਿਛਲੀ ਵਾਰੀ ਜਿਹੜਾ ਮੈਂ ਆਨਾ ਪਿਆ ਕਿ ਸਾਡੇ ਕੋਲ ਮਸ਼ੀਨਾਂ ਘੱਟ ਸਨ, ਅੱਛਾ ਲੋਡ ਬਹੁਤ ਜ਼ਿਆਦਾ ਆ ਗਿਆ ਜਾ, ਐਤਕੀ ਇਹ ਕਿ ਅਸੀਂ ਸਾਰੀਆਂ ਆਪਣੀਆਂ ਤਿਆਰੀਆਂ ਮੁਕੰਮਲ ਕੀਤੀਆਂ ਨੇ। ਤਮਾਮ ਹਸਪਤਾਲਾਂ ਦੇ ਵਿੱਚ CBC ਮਸ਼ੀਨਾਂ ਕਾਫੀ ਤਾਦਾਦ ਵਿੱਚ ਮੌਜੂਦ ਨੇ, ਔਰ ਕੋਈ ਫਿਕਰ ਵਾਲੀ ਗੱਲ ਨਹੀਂ, ਇਨਸ਼ਾਅੱਲਾ। ਅੱਛਾ, ਮਤਲਬ ਅਰੇਂਜਮੈਂਟਸ ਕਰ ਲਏ ਗਏ? ਜੀ ਬਿਲਕੁਲ, ਲੋਕ ਇਹ ਵੇ ਕਿ ਪ੍ਰਾਈਵੇਟ ਹਸਪਤਾਲਾਂ ਦੀ ਬਜਾਏ ਸਰਕਾਰੀ ਹਸਪਤਾਲਾਂ 'ਚ ਆਉਣ, ਉੱਥੇ ਫ੍ਰੀ ਹੋਏਗਾ ਉਹਨਾਂ ਦਾ ਜੀ ਟੈਸਟ, ਅੱਲਾਹ ਦੇ ਫਜ਼ਲ ਓ ਕਰਮ ਨਾਲ ਬਿਲਕੁਲ ਫ੍ਰੀ ਹੋਏਗਾ। ਮਤਲਬ ਹੁਣ ਸਾਨੂੰ ਇਹ ਜ਼ਰੂਰਤ ਨਹੀਂ ਕਿ ਲਾਸਟ ਈਅਰ ਕੋਈ ਬਾਕਾਇਦਾ ਤੌਰ ਤੇ ਸਾਰਿਆਂ ਨੂੰ ਪਾਬੰਦ ਕਰਤਾ ਗਿਆ ਜੀ ਇੰਨੇ ਰੁਪਏ ਤੋਂ ਵੱਧ ਨਹੀਂ ਲੈਣਾ, ਕੋਈ ਐਪੀਡੈਮਿਕ ਹੋ ਜਾਏ। ਉਹ ਫਿਰ ਜਦੋਂ ਦੇਖੋ ਜੀ, ਇਹ ਜਿਹੜੇ ਨੈਸ਼ਨਲ ਐਕਸੀਡੈਂਟਸ ਹੁੰਦੇ ਨਾ ਜੀ, ਇਹ ਤੇ ਕੋਈ ਵੇਖੋ ਨਾ, ਉਹ ਇਹ ਕਿ ਕੋਈ ਇੰਜ ਸਲਾਬ ਦੀ ਸੂਰਤ ਹੋਵੇ ਤੋ ਤੋ ਹੋਰੇ, ਲੇਕਿਨ ਇਨਸ਼ਾਅੱਲਾ ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਓ ਕਰਮ ਨਾਲ ਅਸੀਂ ਪੂਰੀ ਤਰ੍ਹਾਂ ਪਰ ਉਮੀਦ ਹਾਂ, ਅੱਲਾਹ ਦੀ ਰਹਿਮਤ ਤੋਂ ਅਸੀਂ ਪੂਰੀ ਤਰ੍ਹਾਂ ਪਰ ਉਮੀਦ ਹਾਂ, ਔਰ ਇਨਸ਼ਾਅੱਲਾ ਐਤਕੀ ਉਹ ਪਿਛਲੇ ਸਾਲ ਵਾਲੀ ਸੂਰਤ ਨਹੀਂ ਪੈਦਾ ਹੋਣ ਲੱਗੀ। ਅੱਛਾ, ਅੱਲਾਹ ਖੈਰ ਕਰੇ। ਅਗਰ ਖੁਦਾ ਨਾ ਖਾਸਤਾ ਕੇਸਿਸ ਆਉਣਗੇ ਤੇ ਮੈਂ ਫਿਰ ਵੀ ਗੁਜ਼ਾਰਿਸ਼ ਕਰਨਾ ਕਿ ਲੋਕ ਤਸੱਲੀ ਰੱਖਣ, ਇਨਸ਼ਾਅੱਲਾ ਉਹ ਕੇਸਿਸ ਦਾ ਉਹਨਾਂ ਦਾ ਬਿਹਤਰੀਨ ਤਸ਼ਖੀਸ ਵੀ ਹੋਏਗੀ, ਬਰਵਕਤ ਤਸ਼ਖੀਸ ਹੋਏਗੀ, ਔਰ ਕਾਬਲ ਇਤਮਾਦ ਤਸ਼ਖੀਸ ਹੋਏਗੀ, ਔਰ ਉਹਨਾਂ ਦਾ ਬਿਹਤਰੀਨ ਇਲਾਜ ਮੁਆਲਜਾ ਹੋਏਗਾ, ਔਰ ਇਨਸ਼ਾਅੱਲਾ ਇਨਸ਼ਾਅੱਲਾ ਸਿਹਤਯਾਬ ਹੋ ਕੇ ਘਰ ਜਾਣ। ਉਮੀਦ ਤਾਂ ਬੜੀ ਹੈ, ਕਿਉਂਕਿ ਮੈਨੂੰ ਮੈਂ ਪਿਛਲੇ ਦਿਨ ਅਖਬਾਰ 'ਚ ਪੜ੍ਹ ਰਿਹਾ ਸਾਂ ਕਿ ਜਨਾਬ ਪੰਜਾਬ ਗਵਰਨਮੈਂਟ ਨੇ ਈਵਨ ਸਿੰਧ ਨੂੰ ਕਿਹਾ ਜੀ ਕਿ ਤੁਸੀਂ ਡੇਂਗੀ ਦੇ ਹਵਾਲੇ ਨਾਲ ਕੰਟਰੋਲ ਦੇ ਹਵਾਲੇ ਨਾਲ ਕੋਈ ਅਸਿਸਟੈਂਸ ਚਾਹੋ ਤੇ ਪੰਜਾਬ ਹੈ ਸਰ। ਬਿਲਕੁਲ ਬਿਲਕੁਲ, ਅਸੀਂ ਹਾਜ਼ਰ ਹਾਂ, ਬਿਲਕੁਲ ਬਿਲਕੁਲ। ਅੱਛਾ, ਦੂਸਰੀ ਗੱਲ ਮੈਂ ਇਹ ਪੁੱਛਣਾ ਚਾਹਾਂਗਾ, ਯੋਮੈਂਸ ਦਾਦੇ ਡੇਂਗੀ ਹੈ ਸਰ, ਅੱਜ ਐਂਟੀ ਡੇਂਗੀ ਡੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ, ਅੱਜ ਐਂਟੀ ਡੈਂਗੀ ਡੇ ਦੇ ਹਵਾਲੇ ਨਾਲ ਕੀ ਕਰ ਰਹੇ ਹੋ, ਕੀ ਸੈਲੀਬ੍ਰੇਸ਼ਨਸ ਨੇ, ਔਰ ਇਸ ਦਿਨ ਨੂੰ ਕਿਵੇਂ ਮਨਾ ਰਹੇ ਹੋ? ਇਹਦੇ 'ਚ ਸਾਡੀਆਂ ਦੋ ਬੁਨਿਆਦੀ ਤੌਰ 'ਤੇ ਜਿਹੜੀਆਂ ਦੋ ਐਕਟੀਵਿਟੀਜ਼ ਨੇ, ਇੱਕ ਤਾਂ ਇਹ ਕਿ ਜੀ ਅਸੀਂ ਜਿਹੜੇ ਨੇ ਜਿਹੜੇ ਪੋਟੈਂਸ਼ੀਅਲ ਬਰੀਡਿੰਗ ਸਾਈਟਸ ਨੇ ਜਿੱਥੇ ਲਾਰਵਾ ਪੈਦਾ ਹੋ ਸਕਦਾ ਹੈ, ਜਿੱਥੇ ਪਾਣੀ ਖਲੋਤਾ ਹੈ, ਬਾਰਿਸ਼ਾਂ ਦਾ ਸੀਜ਼ਨ ਹੈ ਜ਼ਾਹਿਰ ਹੈ, ਹੁਣ ਹਰ ਜਗ੍ਹਾ ਤੋਂ ਇਹ ਠੀਕ ਗੱਲ ਹੈ ਕਿ ਤੁਸੀਂ ਇਹ ਵੇਖ ਕੇ ਹਰ ਜਗ੍ਹਾ ਤੋਂ ਜਿਹੜੀਆਂ ਪੋਟੈਂਸ਼ੀਅਲ ਬਰੀਡਿੰਗ ਸਾਈਟਸ ਨੇ ਉਹਨਾਂ ਨੂੰ ਐਲੀਮੀਨੇਟ ਨਹੀਂ ਕਰ ਸਕਦੇ ਮਕੈਨੀਕਲੀ, ਠੀਕ ਹੈ, ਬਾਅਦ ਜਗ੍ਹਾ 'ਤੇ ਪਾਣੀ ਖਲੋਤਾ ਰਹੇਗਾ, ਜਿੱਥੇ ਖਲੋਤਾ ਰਹੇਗਾ ਅਸੀਂ ਉੱਥੇ ਲਾਰਵੀ ਸਾਈਡਿੰਗ ਕਰਾਂਗੇ, ਯਾਨੀ ਲਾਰਵੇ ਨੂੰ ਤਲਫ ਕਰਨ ਵਾਸਤੇ ਦਵਾਈ ਪਾਵਾਂਗੇ। ਅੱਛਾ, ਇੱਕ ਤਾਂ ਹੈ ਕਿ ਲਾਰਵੇ ਨੂੰ ਤਲਫ ਕਰਨ ਦਾ ਇਹਦੇ ਨੇ, ਠੀਕ, ਔਰ ਸਾਡੀ ਐਕਟੀਵਿਟੀਜ਼ ਦਾ ਜਿਹੜਾ ਇੱਕ ਮੇਨ ਫੋਕਸ ਕੀ ਹੈ ਕਿ ਇਹ ਲਾਰਵੇ ਨੂੰ ਤਲਫ ਕਰਨਾ ਹੈ ਸਾਂ, ਠੀਕ ਹੈ। ਦੂਜਾ ਹੈ ਕਿ ਪਬਲਿਕ ਨੂੰ ਨਾਲ ਲੈ ਕੇ ਚੱਲਣਾ, ਪਬਲਿਕ 'ਚ ਅਵੇਅਰਨੈਸ ਪੈਦਾ ਕਰਨੀ ਹੈ, ਲੋਕਾਂ ਨੂੰ ਆਖਣਾ ਕਿ ਆਓ ਰਲ ਕੇ ਇਹ ਜਿਹੜਾ ਸਾਡਾ ਇਹ ਮੁਸ਼ਤਰਕਾ ਦੁਸ਼ਮਣ ਹੈ ਇਸ ਤੋਂ ਨਜਾਤ ਹਾਸਲ ਕਰੀਏ, ਆਪਣੇ ਘਰਾਂ ਨੂੰ ਆਪਣੇ ਮਾਹੌਲ ਨੂੰ ਸਾਫ਼ ਕਰੀਏ, ਤਾਂ ਕਿ ਇਹ ਜਿਹੜਾ ਡੈਂਗੀ ਮੱਛਰ ਜਿਹੜਾ ਸਾਡਾ ਦੁਸ਼ਮਣ ਹੈ ਇਹਨੂੰ ਪੈਦਾ ਹੀ ਨਾ ਅਸੀਂ ਹੋਣ ਦਈਏ, ਹੈਂਜੀ, ਇਹਨੂੰ ਇਵੇਂ ਕਿ ਉਹ ਮਾਹੌਲ ਹੀ ਅਸੀਂ ਪ੍ਰੋਵਾਈਡ ਨਾ ਕਰੀਏ, ਮੁਹੱਈਆ ਨਾ ਕਰੀਏ ਜਿੱਥੇ ਨਸ਼ੋ ਨਮਾ ਪਾ ਸਕੇ। ਬਿਲਕੁਲ ਠੀਕ, ਮੈਂ ਬਲਕਿ ਅੱਜ ਦੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਇੱਕ ਹੋਰ ਰਿਕੁਐਸਟ ਕਰਾਂਗਾ, ਸਾਡੇ ਪਾਕਿਸਤਾਨ ਦੇ ਵਿੱਚ ਬੜੇ ਬੜੇ ਪੋਟੈਂਸ਼ੀਅਲ ਕਿਸਮ ਦੇ ਪੋਇਟਸ ਮੌਜੂਦ ਨੇ, ਜਦੋਂ 65 ਦੀ ਜੰਗ ਸੀ ਤਾਂ ਇੰਨੇ ਕੌਮੀ ਤਰਾਨੇ ਬਣਾਏ ਗਏ, ਮੇਰੀ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਕੋਈ ਵੀ ਐਸਾ ਸਾਡਾ ਸ਼ਾਇਰ ਜਿਹੜਾ ਇਸ ਡੇਂਗੀ ਦੇ ਹਵਾਲੇ ਨਾਲ ਕੋਈ ਸ਼ਾਇਰੀ ਕਰੇ, ਕੋਈ ਨਜ਼ਮ ਪੜ੍ਹੇ ਜਾਂ ਕੋਈ ਵੀ ਤਰਾਨਾ ਬਣਾਏ, ਮੈਂ ਉਹਨੂੰ ਆਪਣੇ ਪ੍ਰੋਗਰਾਮ 'ਚ ਇੱਥੇ ਬੁਲਾ ਕੇ ਇੱਥੇ ਬਿਠਾ ਕੇ ਉਹਦਾ ਗਾਣਾ ਔਨ ਏਅਰ ਵੀ ਕਰਾਂਗਾ, ਉਹਨੂੰ ਐਪਰੀਸ਼ੀਏਟ ਵੀ ਕਰਾਂਗਾ। ਬਹਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਤਸ਼ਰੀਫ ਆਵਰੀ ਵਾਸਤੇ, ਬੜੀ ਮੁਫੀਦ ਗੁਫਤਗੂ ਕਰਨ ਵਾਸਤੇ, ਔਰ ਪੰਜਾਬ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੀ ਤਮਾਮ ਐਕਟੀਵਿਟੀਜ਼ ਦੇ ਮੁਤਲਕਾ ਤਫਸੀਲਨ ਆਗਹੀ ਵਾਸਤੇ ਬਹੁਤ ਸ਼ੁਕਰੀਆ ਅਦਾ ਕਰਾਂਗੇ ਡਾਕਟਰ ਨਿਸਾਰ ਅਹਿਮਦ ਚੀਮਾ ਸਾਹਿਬ ਦਾ। ਔਰ ਮੈਂ ਜਾਂਦਿਆਂ ਜਾਂਦਿਆਂ ਚੀਮਾ ਸਾਹਿਬ ਨੂੰ ਇਹ ਰਿਕੁਐਸਟ ਜ਼ਰੂਰ ਕਰਾਂਗਾ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਸਦਾਦ ਦੇ ਡੈਂਗੀ ਦੇ ਹਵਾਲੇ ਨਾਲ ਖਸੂਸੀ ਪੈਗਾਮ ਔਰ ਟੋਲ ਫਰੀ ਨੰਬਰ ਅਗਰ ਹੈਲਥ ਡਿਪਾਰਟਮੈਂਟ ਨੇ ਕੋਈ ਸਟੈਬਲਿਸ਼ ਕੀਤਾ ਹੈ ਤਾਂ ਕਿ ਲੋਕ ਮੁਫਤ ਕਾਲ ਕਰ ਸਕਣ। ਜੀ ਡਾਕਟਰ ਸਾਹਿਬ ਜੀ, ਟੋਲ ਫਰੀ ਨੰਬਰ 'ਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਸਾਡਾ ਜਿਹੜਾ ਨੰਬਰ ਹੈ ਉਹ ਕਾਲੀ ਨੋਟ ਫਰਮਾ ਲਓ, 0800 ਔਰ 99,000, 0800 99,000, ਮੈਂ ਰਿਪੀਟ ਕਰ ਦਿੰਦਾ ਵਾਂ, 0800
9900000 جی بالکل بہت شکریہ آج دا خصوصی پیغام اور خصوصی پیغام جڑا ہے وہ میں یہی دہراؤں گا یہ گل کہ میں لوکاں نوں تسلی دینا چاہنا تہاڈے توسط نال پنجاب ٹی وی دے توسط نال کہ تہاڈی حکومت جاگ رہی ہے تہاڈا وزیر اعلیٰ جاگ رہا ہے تہاڈا محکمہ صحت جاگ رہا ہے سرکاری محکمے جاگ رہے نے تہاڈا میڈیا جاگ رہا ہے اور اللہ تعالیٰ دے فضل و کرم نال سارے انتظامات مکمل نے پہلا تو پچھلے سال والی صورت پیدا نہیں ہونے لگی اگر خدا نخواستہ کوئی ایسی ہوں دیئے تو پھر اے کہ تشخیص دے انتظامات بھی سارے مکمل نے علاج معالجے دے بھی انتظامات مکمل نے اگر کوئی مریض آؤ گے تو انشاءاللہ بہترین علاج ہوئے گا بر وقت تشخیص ہوئے گی اور انشاءاللہ شاء صحت یاب ہو کے گھر جان گے اور آخری گل اے کہ یہ اساں ڈینگی دا مقابلہ رل مل کے کرنا ہے یہ خاتمہ رل مل کے کرنا ہے یہ اسی بھی اپنا کردار ادا کریے تو تسی کمیونٹی دے لوگ پبلک بھی اپنا کردار ادا کرے اور اپنے گھروں چ اپنے ماحول انہوں اس اپنے دشمن نو پرورش نہ پاؤ دیو یہ واسطے ضروری ہے کہ اپنے گھروں سے اپنے ماحول نو خشک رکھو تو صاف رکھو بہت شکریہ بڑی خوبصورت گل کی اور میں صدقے جاواں سونے رب تو جنہیں سانوں اپنے احکامات دی پابندی واسطے اٹھان واسطے یہ چھوٹا جہا مچھر کلیا ہے اسی اج بھی صاف رہنا شروع کر دیئے گھر صاف رکھیے اپنا جسم صاف رکھیے اپنا گھر اپنے کھرے اپنی گلی اپنے ویڑے اپنے محلے اپنا صوبہ اپنا وطن پاکستان اور الٹیمیٹلی پوری دنیا صاف ہو جائے گی تو یقیناً یہ کوئی ایڈی وڈی بیماری نہیں اللہ معاف کرے انو اسی اس طرح لویے کہ سانو اللہ تعالیٰ نے ایک باقاعدہ طور پہ پیغام پہنچایا ہے کہ اسی اٹھ پویے اور صاف رہنا شروع کریے اج دے پروگرام دا ویلا ختم ہویا اپنے میزبان سعید مغل نوں اجازت دیو اللہ حافظ